देखो किसान थोड़ी कोठी तक गया साडी इंस्पेक्ट यह हुई भी ना सानू पानी पुछया ते धुप च बह के जमीन दा खरीद गया चोर साधु सिंह चोर जाके बच्चा 30 जून है पटियाले धरना दा हाल की रस्सियां लाउण दी वोटां नहीं पाउणियां ਪੰਜਾਬ ਸਰਕਾਰ ਦੇ ਸਿਰਫ 5 ਮਹੀਨੇ ਹੀ ਬਾਕੀ ਰਹਿ ਗਏ ਨੇ ਅਤੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਨੀਂਹ ਪੱਥਰਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਪਹਿਲਾਂ ਜਿੱਥੇ ਬੀਜੇਪੀ ਦਾ ਵਿਰੋਧ ਹੋ ਰਿਹਾ ਸੀ ਹੁਣ ਕਾਂਗਰਸ ਪਾਰਟੀ ਦਾ ਵੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ, ਜਿਸ ਦੇ ਤਹਿਤ ਨਾਭਾ ਬਲਾਕ ਦੇ ਪਿੰਡ ਚਹਿਲ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਵਿਜੇਂਦਰ ਸਿੰਗਲਾ ਦੇ ਵੱਲੋਂ ਪਿੰਡ ਚਹਿਲ ਵਿਖੇ ਸੜਕ ਦਾ ਨੀਂਹ ਪੱਥਰ ਰੱਖਣ ਦੇ ਵਾਸਤੇ ਆਉਣਾ ਸੀ ਪਰ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਜਿੱਥੇ ਕਿ ਵਿਜੇਂਦਰ ਸਿੰਗਲਾ ਨੀਂਹ ਪੱਥਰ ਰੱਖਣ ਵਾਸਤੇ ਨਹੀਂ ਪਹੁੰਚੇ, ਉਹ ਨਾਭਾ ਵਿਖੇ ਹੀ ਰੁਕ ਗਏ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਵੀ ਨੀਂਹ ਪੱਥਰ ਰੱਖ ਦਿੱਤਾ ਅਤੇ ਨੀਂਹ ਪੱਥਰ ਰੱਖ ਕੇ ਉਹ ਚੱਲਦੇ ਬਣੇ। ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ, ਜਿਸ ਕਰਕੇ ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ, ਜਿਸ ਕਾਰਨ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਵੀ ਸੱਤਾਧਾਰੀ ਪਾਰਟੀ ਨੂੰ ਪਿੰਡ ਦੇ ਵਿੱਚ ਆਉਣ ਨਹੀਂ ਦੇਵਾਂਗੇ ਕਿਉਂਕਿ ਪੰਜਾਬ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਤੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਸਾਡੇ ਹਲਕੇ ਦੇ ਹਨ ਪਰ 4.5 ਸਾਲ ਦੇ ਦਰਮਿਆਨ ਸਾਧੂ ਸਿੰਘ ਧਰਮਸੋਤ ਇੱਥੇ ਨਹੀਂ ਪਹੁੰਚੇ, ਜਿਸ ਕਰਕੇ ਅਸੀਂ ਅੱਜ ਉਹਨਾਂ ਦਾ ਵਿਰੋਧ ਕਰ ਰਹੇ ਹਾਂ। ਜਨਤਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਡੇ ਘਰਾਂ ਜਾ ਕੇ ਮਿਲਦਾ ਸੀਗਾ ਸਾਨੂੰ ਹੁਣ ਮਿਲੇ, ਹੁਣ ਕਿਉਂ ਇੰਨਾ ਇਹਨੂੰ ਖਤਰਾ ਹੋ ਗਿਆ? ਹੁਣ ਤਾਂ ਇਹ ਮੰਤਰੀ ਆ, ਜਾਂ ਤਾਂ ਇੱਕ ਸਧਾਰਨ ਆਦਮੀ ਸਾਡੇ ਘਰਾਂ ਚ ਆਉਂਦਾ ਸੀ, ਹੁਣ ਮੰਤਰੀ ਹੋ ਕੇ ਸਾਨੂੰ ਗੱਲ ਵੀ ਨਹੀਂ ਸਾਡੇ ਨਾਲ ਕਰਦਾ, ਸਾਤੋਂ ਹੀ ਵੋਟਾਂ ਲੈ ਕੇ ਸਾਡਾ ਹੀ ਮੰਤਰੀ ਬਣਾਇਆ ਹੋਇਆ, ਅੱਜ ਸਾਡੇ ਨਾਲ ਗੱਲ ਨਹੀਂ ਕਰਦਾ, ਚੰਡੀਗੜ੍ਹ ਜਾ ਕੇ ਬਹਿ ਜਾਂਦਾ ਸਾਨੂੰ ਸਪੋਰਟ ਕਰ ਰਿਹਾ। ਸਾਡੇ ਬੱਚਿਆਂ ਦੇ ਵਜ਼ੀਫੇ ਦੇ ਵਿੱਚ ਚੋਰ 700 ਕਿੱਲਾ ਜ਼ਮੀਨ ਦਾ ਖਰੀਦ ਗਿਆ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਸਾਧੂ ਸਿੰਘ ਚੋਰ ਗਾਲੀ ਗਾਲੀ ਜੀ ਸੋਰ ਤੁਹਾਨੂੰ ਜਿਹੜਾ ਇੱਥੇ ਮਿਲੇ ਨਹੀਂ ਹੈਗੇ ਤੁਹਾਨੂੰ ਹੁਣ ਤੁਸੀਂ ਇੱਥੇ ਇਕੱਠੇ ਵੀਰੇ ਮਿਲੇ ਨੇ ਆਲੇ ਦਾਲੇ ਨੇ ਆਪਦੇ ਪੂਰੀ ਪੁਲਿਸ ਫੋਰਸ ਲਾਈ ਹੋਈ ਵੀਰ ਜੀ ਦਾ ਮੈਨੂੰ ਨਾਮ ਨਹੀਂ ਯਾਦ ਹੈਗਾ, ਵੀਰ ਜੀ ਸਾਨੂੰ ਇੰਨੇ ਧੱਕੇ ਨਾਲ ਰੋਕ ਰਹੇ ਸੀ ਵੀ ਜਾਣਾ ਨਹੀਂ, ਉਦੋਂ ਵੀਰ ਜੀ ਰੋਕਿਆ ਕਰਨ ਸਾਧੂ ਸਿੰਘ ਨੂੰ ਵੀ ਪਿੰਡਾਂ 'ਚ ਵੋਟਾਂ ਲੈਣ ਨਹੀਂ ਜਾਣਾ, ਸਾਡੇ ਵਰਗੇ ਰੋਕਿਆ ਕਰਨ ਤੂੰ ਸਾਧੂ ਸਿੰਘ ਨੂੰ ਤੁਸੀਂ ਵੋਟ ਨਹੀਂ ਪਾਉਣੀ, ਅੱਜ ਸਾਨੂੰ ਗੱਲ ਕਰਨ ਤੋਂ ਵੀ ਰੋਕ ਰਹੇ ਨੇ, ਅੱਜ ਸਾਡੇ ਪੂਰੇ ਰੱਸੀਆਂ ਲਾ ਰਹੇ ਨੇ, ਧੱਕੇ ਮਾਰੇ ਵੀ ਸਾਡੇ ਰੱਸੀਆਂ ਲਾਉਣ ਵੀ ਵੋਟਾਂ ਨਹੀਂ ਪਾਉਣੀਆਂ, ਵੋਟਾਂ ਨਹੀਂ ਪਾਉਣੀਆਂ, ਕਾਂਗਰਸ ਨੂੰ ਰੱਸੀਆਂ ਲਾ ਕੇ ਰੋਕੋ, ਸਾਨੂੰ ਅੱਜ ਰੋਕ ਰਹੇ ਨੇ। ਪਟਿਆਲੇ ਰੁਲ ਰਹੇ ਨੇ, ਲਾਠੀ ਚਾਰਜ ਹੋ ਰਿਹਾ, ਸਾਡੇ ਬੱਚੇ ਅੱਜ ਮਰਨ ਵਰਤਨ ਰੱਖ ਰਹੇ ਨੇ, ਸਾਨੂੰ ਕੋਈ ਵੀ ਸਾਡੇ ਬੱਚਿਆਂ ਨੂੰ ਕੋਈ ਸਪੋਰਟ ਨਹੀਂ ਦਿੱਤੀ ਇਹਨਾਂ ਨੂੰ, ਜਾ ਕੇ ਦੇਖੋ ਸਾਡੇ ਬੱਚਿਆਂ 30 ਜੂਨ ਆ ਪਟਿਆਲੇ ਧਰਨਾ ਦਾ ਹਾਲ ਕੀ ਆ, ਕਟਾਪਾ ਚਾੜਾਂਗੇ ਪੁਲਿਸ ਨਾਲ ਆਵੇ ਫਿਰ ਦੇਖਾਂਗੇ ਪੁਲਿਸ ਵਾਲਿਆਂ ਨੂੰ ਪੂਰਾ ਕਟਾਪਾ ਚਾੜਾਂਗੇ। ਵੀਰੇ ਮੇਰਾ ਨਾਮ ਸਰਬਜੀਤ ਕੌਰ, ਮੈਂ ਡਕੌਂਦਾ ਯੂਨੀਅਨ ਦੀ ਪ੍ਰਧਾਨ ਆ। ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਤਾਂ ਵੈਸੇ ਹੀ ਗੁੱਸਾ ਕਰ ਰਹੇ ਨੇ, ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਿਸਾਨ ਲਗਾਤਾਰ ਤੁਹਾਡਾ ਵਿਰੋਧ ਕਿਉਂ ਕਰ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਤਾਂ ਆਮ ਆਦਮੀ ਪਾਰਟੀ ਦੇ ਆਗੂ ਨੇ ਜੋ ਕਿ ਸਾਡਾ ਵਿਰੋਧ ਕਰ ਰਹੇ ਨੇ। 30 ਸਾਲਾਂ ਦੀ ਸੜਕ ਨੂੰ ਲੋਕ ਤਰਸ ਰਹੇ ਸੀ, ਇਲਾਕੇ ਦੇ ਹੱਲਾ ਮੰਡੀ ਪੈਂਦੀ ਹੈ, 40 ਪਿੰਡਾਂ ਦੀ ਸੜਕ ਹੈ, ਇਹ 9 ਕਰੋੜ ਰੁਪਈਆ ਲਾ ਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਪੈਸ਼ਲ ਇਹ ਸੜਕ ਪਵਾਈ ਹੈ, ਇਹ ਕੰਮ ਚਾਲੂ ਹੋ ਗਿਆ। ਕੰਮ ਚਾਲੂ ਹੋਣ ਤੋਂ ਬਾਅਦ ਅੱਜ ਅਸੀਂ ਇਨੋਗਰੇਸ਼ਨ ਕੀਤੀ ਹੈ, ਉਦਘਾਟਨ ਕੀਤਾ ਹੈ, ਔਰ ਆਮ ਪਾਰਟੀ ਦੇ ਬੰਦੇ, ਕੁਛ ਸ਼ਰਾਰਤੀ ਬੰਦੇ ਕਿਸਾਨ ਯੂਨੀਅਨ ਦੇ, ਜਿਨ੍ਹਾਂ ਨੂੰ ਡਿਵੈਲਪਮੈਂਟ ਚੰਗੀ ਨਹੀਂ ਲੱਗਦੀ,
जिन्हां नूं काम हुंदा चंगा नहीं लगता। अज मैं इन्हां नूं पुछना चाहुंदा 40 पिंडां दे लोक जिहड़े 30 साल तो तरसदे सी सड़क नूं, अज 9 करोड़ रुपया ला के काम चालू होया, अज इन्हां लोकां नूं इह चंगा नहीं लगता। भाई इन्हां ने रौला पाउणा, असीं काम करना बस। हाँ जी, बिजली की जी गल मैं इन्हों आके दसता, मेरे इलाके के पिंड ने, मैं इन्हों आके सीधा मिलिया, आके मेरी चेयरमैन नाल गल हुई है। भाखड़ा डैम के दो जिहड़े सीगे यूनिट खराब होए ने, अज शाम तक ठीक हो जाने ने, कल तो रेगुलर बिजली हो जाएगी। नाभा तो जगनार सिंह दुलद्दी की रिपोर्ट, चढ़दी कला, टाइम टीवी।